ਆਪਣੇ ਮਾਸੂਮ ਬੱਚੇ ਨੂੰ ਮਾਰਨ ਵਾਲੀ ਕਾਤਲ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਘਰ ਚ ਮਾਰ ਕੇ ਬੱਸ ਅੱਡੇ ਚ ਲਾਸ਼ ਸੁੱਟ ਕੇ ਹੋਈ ਸੀ ਫਰਾਰ। ਬੱਚੇ ਤੋਂ ਖੈੜਾ ਛੁੜਾ ਦੁਬਈ ਜਾਣਾ ਚਾਹੁੰਦੀ ਸੀ ਮਾਂ। ਨਸ਼ੇ ਦੇ ਕੇਸ ਚ ਪਿਤਾ 3 ਸਾਲ ਤੋਂ ਹੈ ਜੇਲ ਚ ਬੰਦ। ਦੱਸਦੀਏ ਕਿ ਮਾਂ ਨੂੰ ਜਿੱਥੇ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਉੱਥੇ ਇੱਕ ਮਾਮਲਾ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ, ਜਿੱਥੇ ਮਾਂ ਹੀ ਹੈਵਾਨ ਦਾ ਰੂਪ ਨਿਕਲੀ ਹੈ। ਦੱਸਦੀਏ ਕਿ ਆਪਣੇ 10 ਸਾਲ ਦੇ ਛੋਟੇ ਜਿਹੇ ਮਾਸੂਮ ਬੱਚੇ ਦਾ ਮਾਂ ਦੇ ਵੱਲੋਂ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਤਲ ਕਰਨ ਤੇ ਹੀ ਬਸ ਨਹੀਂ, ਉਸਦੀ ਲਾਸ਼ ਨੂੰ ਬੱਸ ਸਟੈਂਡ ਦੇ ਵਿੱਚ ਸੁੱਟ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਈ। ਤਾਂ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇੱਕ ਮਾਂ ਜੋ ਕਿ ਦੁਬਈ ਜਾਣਾ ਚਾਹੁੰਦੀ ਸੀ ਤੇ ਉਸਦਾ ਬੇਟਾ ਉਸਦੇ ਰਾਹ ਦੇ ਵਿੱਚ ਰੁਕਾਵਟ ਬਣ ਰਿਹਾ ਸੀ, ਤਾਂ ਉਸ ਰੁਕਾਵਟ ਨੂੰ ਖਤਮ ਕਰਨ ਦੇ ਲਈ ਇੱਕ ਮਾਂ ਨੇ ਆਪਣੇ ਬੱਚੇ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰਤਾ ਤੇ ਉਸਦੀ ਲਾਸ਼ ਨੂੰ ਬੱਸ ਅੱਡੇ ਦੇ ਵਿੱਚ ਸੁੱਟ ਦਿੱਤਾ। ਤਾਂ ਜਦੋਂ ਲੋਕਾਂ ਨੇ ਇੱਕ ਬੱਚੇ ਦੀ ਲਾਸ਼ ਪਈ ਦੇਖੀ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲੀ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਤਾਂ ਪੁਲਿਸ ਦੇ ਵੀ ਜਾਂਚ ਦੇ ਦੌਰਾਨ ਹੋਸ਼ ਉੱਡ ਗਏ। ਦਰਅਸਲ ਕਿਹਾ ਜਾ ਰਿਹਾ ਹੈ ਕਿ ਮਾਂ ਹੀ ਇਸ ਬੱਚੇ ਦੀ ਕਾਤਲ ਨਿਕਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬੱਚੇ ਦਾ ਚਾਚਾ ਹੈ ਉਸਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਜਦੋਂ ਉਸਨੇ ਬੱਚੇ ਦੇ ਬਾਰੇ ਆਪਣੀ ਭਾਬੀ ਨੂੰ ਪੁੱਛਿਆ ਤਾਂ ਉਸਦਾ ਪਹਿਲਾਂ ਕਹਿਣਾ ਸੀ ਕਿ ਉਹ ਬੱਚਾ ਆਪਣੇ ਨਾਨਕੇ ਗਿਆ, ਪਰ ਜਿਵੇਂ ਹੀ ਉਸਨੇ ਕੁਝ ਦੇਰ ਬਾਅਦ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਬੱਚਾ ਆਪਣੇ ਕਮਰੇ ਦੇ ਵਿੱਚ ਸੋ ਰਿਹਾ। ਪਰ ਜਦੋਂ ਉਸਨੇ ਆਪਣੀ ਮਾਂ ਨੂੰ ਭੇਜ ਕੇ ਬੱਚੇ ਦਾ ਪਤਾ ਲਗਵਾਉਣਾ ਚਾਹਿਆ ਤਾਂ ਬੱਚਾ ਉੱਥੇ ਨਹੀਂ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਦੀ ਸੂਚਨਾ ਪੁਲਿਸ ਕੋਲ ਦਿੱਤੀ ਜਾਂਦੀ ਹੈ ਤੇ ਪੁਲਿਸ ਦੀ ਜਾਂਚ ਦੇ ਦੌਰਾਨ ਇਹ ਵੱਡੇ ਖੁਲਾਸੇ ਹੋਏ ਨੇ, ਜਿੱਥੇ ਮਾਂ ਹੀ ਹੈਵਾਨ ਦਾ ਰੂਪ ਬਣੀ ਹੈ। ਬੋਲੋ ਜੀ, ਕਾਰਨ ਕੀ ਸੀਗਾ, ਕਿਉਂ ਕੀਤਾ? ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ। ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ, ਰੋਟੀ ਪਾਣੀ ਬੰਨੀਓ ਤਰਸਦੇ ਸੀ, ਐਂ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ, ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ, ਐਂ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ, ਲਾਈਟ ਹੈ ਨਹੀਂ ਸੀ, ਬੁਖਾਰ ਹੋ ਗਿਆ ਸੀ। ਮੈਨੂੰ ਐਂ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹਾਂ ਕਿਤੇ ਕੰਮ ਕਿਤੇ ਲੱਗ ਜੂਗੀ। ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ 'ਚ ਕਰਿਆ ਸਭ ਕੁਛ? ਨਹੀਂ, ਇਹੋ ਜਿਹਾ ਕੁਛ ਨਹੀਂ ਆ, ਦੁਬਈ ਤਾਂ ਮੈਂ ਬਾਅਦ 'ਚੋਂ ਹੀ ਕਿਹਾ ਸੀ ਵੀ ਮੈਂ ਜਾਣਾ। ਜੋ ਹੀ ਕਤਲ ਕੀਤਾ ਪਛਤਾਵਾ ਹੋ ਰਿਹਾ ਹੁਣ? ਬਹੁਤ ਜ਼ਿਆਦਾ। ਕਿਵੇਂ ਕੀਤਾ, ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ? ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ, ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲਿਆ? ਹੋਰ ਵੀ ਸੀ ਤੁਹਾਡੇ ਨਾਲ ਕੋਈ? ਨਹੀਂ, ਹੋਰ ਕੋਈ ਨਹੀਂ ਸੀ। ਮਾਨਸਾ ਕਿਉਂ ਲੈ? ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ, ਮਾਰਿਆ ਕਿਸ ਤਰ੍ਹਾਂ? ਟੋਆ ਪੱਟ ਕੇ ਦੱਬਤਾ ਸੀ। ਇਹ ਮਾਰਿਆ ਕਿਵੇਂ? ਗਲਾ ਘੁੱਟਿਆ ਜਾਂ ਕੋਈ ਜ਼ਹਿਰ? ਕੁਛ ਨਹੀਂ ਕੀਤਾ, ਕੋਈ ਗਲਾ ਨਹੀਂ ਘੁੱਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ, ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ, ਉੱਪਰ ਮਿੱਟੀ ਪਾਤੀ, ਹੋਰ ਕੁਛ ਨਹੀਂ ਕੀਤਾ ਸੀ। ਦਿਲ ਨਹੀਂ ਕੰਬਿਆ ਇੱਕ ਵਾਰ ਵੀ? ਮੇਰਾ ਪੁੱਛਾ ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ, ਪਰ ਐਂ ਲੱਗਦਾ ਸੀ ਵੀ ਇੱਥੇ ਵੀ ਮਰਨਾ, ਉੜ ਕੇ ਭੁੱਖੇ ਰਹਿ ਗਏ ਵੀ ਮਰਨਾ। ਪਰ ਮਾਂ ਫਿਰ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ।
ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ, ਮੇਰੇ ਪੇਕੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਪਛਤਾਵਾ? ਬਹੁਤ ਜ਼ਿਆਦਾ। ਔਰੇ ਮਾਨਸਾ ਕੋ ਲੈ ਕੇ ਤਲਮੰਡੀ ਨੂੰ ਜਿਹੜੀ ਬੱਸ ਮਿਲ ਗਈ ਲੈ ਆਈ। ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ? ਨਹੀਂ, ਬੱਚੇ ਦੀ ਟਿਕਟ ਨਹੀਂ ਲੱਗਦੀ। ਇੱਥੇ ਆ ਕੇ ਮਾਨਸਾ ਤੁਸੀਂ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ, ਕਿਸੇ ਨਾਲ ਨਹੀਂ। ਜੋ 1 ਤਰੀਕ ਨੂੰ ਇਹ ਸਾਨੂੰ ਖਬਰ ਮਿਲੀ ਸੀਗੀ, ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਸੀ, ਉਸ ਤੋਂ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਆਪਸ ਥਾਣਾ ਸਿਟੀ 2 ਪੁਲਿਸ ਦੇ SHO ਸਾਹਿਬ ਨੇ ਅੰਡਰ ਦਾ ਸੁਪਰਵਾਈਜ਼ਰ ਆਫ DSP ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਜਿਹੜੀ ਆ ਡੈੱਡ ਬੋਡੀ ਹਸਪਤਾਲ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ਼ਤਿਹਾਰ ਸ਼ੁਰੂ ਹੋ ਗਿਆ ਜਿਹੜਾ ਅਖਬਾਰਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ, ਉਹਦੇ ਤਹਿਤ ਅੱਜ ਇਹਦੀ ਜਿਹੜੀ ਭੂਆ ਹੈ ਲੜਕੇ ਦੀ ਮ੍ਰਿਤਕ ਦੀ, ਉਹਨੇ ਇਹਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈੱਡ ਬੋਡੀ ਦੀ ਜਿਹੜੀ ਪਹਿਚਾਣ ਕਰ ਲਈ। ਇਹ ਇਹਦੀ ਜਿਹੜੀ ਭੂਆ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸਦਾ ਨਾਂ ਹੈਗਾ ਵੀਰਪਾਲ ਕੌਰ, ਪਤਨੀ ਹਰਦੀਪ ਸਿੰਘ, ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ 'ਚ ਬੰਦ ਹੈ ਅਤੇ ਇਹਦਾ ਜਿਹੜਾ ਵਿੱਚੋਂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਬੱਸ ਸੇਵਾ ਕਰਨਾ ਚਾਹੁੰਦੀ ਸੀ ਅਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਅਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹਨੇ। ਸਰ ਕਿਸ ਤਰ੍ਹਾਂ ਇਹਨਾਂ ਨੇ ਕਤਲ ਨੂੰ ਅੰਜਾਮ ਦਿੱਤਾ ਬੱਚੇ? ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਆ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ, ਫਿਰ ਕੜੀਆਂ ਜੁੜਨਗੀਆਂ ਪੂਰੀਆਂ। ਸਰ ਜਿਹੜੀ ਬੱਚੇ ਦੀ ਮਾਂ ਹੈ ਗ੍ਰਿਫਤਾਰ ਕਰਨੀ ਹੈ ਕੀ ਹੈ? ਬੱਚੇ ਦੀ ਮਾਂ ਦਾ ਨਾਂ ਵੀਰਪਾਲ ਕੌਰ ਹੈ ਜੀ, ਪਤਨੀ ਹਰਦੀਪ ਸਿੰਘ ਜਿਵੇਂ ਮੈਂ ਪਹਿਲਾਂ ਹੀ ਦੱਸਿਆ, ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੂੰ ਲੱਗਾ ਕਿ ਮੇਰੇ ਵਿੱਚ ਰਚਣ ਹੈ ਜਿਹੜਾ ਮੇਰਾ ਉਹ ਆਪਣਾ ਕੋਈ ਨਵਾਂ ਵਸੇਵਾ ਕਰਨਾ ਚਾਹੁੰਦੀ ਹੈ, ਉਹਦੇ ਤਹਿਤ ਹੀ ਇਹਨੇ ਇਸ ਚੀਜ਼ ਨੂੰ ਜਿਹੜੀ ਘਟੀਆ ਮਨਸ਼ਾ ਨੂੰ ਮਨਸ਼ਾ ਜਿਹੜੀ ਰੱਖ ਕੇ ਉਹਨੇ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਇਸ ਤਫਤੀਸ਼ ਹਾਲੇ ਜਾਰੀ ਹੈ, ਹਾਲੇ ਇਸ 'ਤੇ ਗਾਹ ਨਹੀਂ ਕੁਛ ਹੋਇਆ, ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰ ਦਿਆਂਗੇ ਜੋ ਵੀ ਸਾਹਮਣੇ। ਕੋਈ ਗ੍ਰਿਫਤਾਰੀ ਹੋਈ ਹੈ? ਨਹੀਂ ਹੋਈ। ਗ੍ਰਿਫਤਾਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ, ਇਹਨੂੰ ਗ੍ਰਿਫਤਾਰ ਕਰ ਲਿਆ। ਇਹੀ ਜੋ ਮੈਂ ਤੁਹਾਨੂੰ ਦੱਸਿਆ ਮਨਸ਼ਾ ਇਹੀ ਹੈ, ਮੁਰਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ। ਬਿਮਾਰ ਸੀਗਾ ਬਾਕੀ ਜੋ ਅਸੀਂ ਕਿਉਂਕਿ ਹਲੇ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ, ਬਟ ਇੱਥੇ ਜਿਹੜਾ ਹੈ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ। ਇਹ ਬਠਿੰਡਾ ਇੱਥੋਂ ਤਲਵੰਡੀ ਸਾਬੋ ਜੀ। ਹਾਲੇ ਤੱਕ ਇਸ ਚੀਜ਼ ਦਾ ਆਪਾਂ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਟ ਇਜ਼ ਔਨ, ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰ ਦੇ। ਸਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰ ਲਈ ਸੋਸ਼ਲ ਮੀਡੀਆ ਤੋਂ, ਪੁਲਿਸ ਦੇ ਹੱਥ ਕਿਉਂ ਨਹੀਂ ਕੁਛ ਲੱਗਿਆ ਜੀ? CCTV ਵੀ 4 ਸਵੇਰੇ ਕੈਮਰੇ ਲੱਗੇ ਹੋਏ ਸੀਗੇ ਜੀ। ਦੇਖੋ ਇਹ ਸਾਰਾ ਕੁਛ ਜਿਹੜਾ ਕਰਦਿਆਂ ਹੋਏ ਦੇਖੋ ਇਲਾਕੇ ਦਾ ਸਾਰਾ ਕੁਛ ਇੰਨੀ ਮੁਸਤੈਦੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ, ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ, ਮੀਡੀਆ ਦੀ ਲਈ ਗਈ ਹੈ, ਇਸ਼ਤਿਹਾਰਾਂ ਦੀ ਲਈ ਗਈ ਹੈ, ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ।
ਤੋਂ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਕੋਈ, ਬਟ ਫਿਰ ਵੀ ਸਟਿਲ 2 ਦਿਨ ਲੱਗ ਗਏ ਇਹਦੀ ਪਹਿਚਾਣ। ਸਰ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਜੀ, ਪੁਲਿਸ ਦੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਬੰਦ ਨੇ ਜੀ, ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਚੱਲ ਰਹੀ। ਉਹਨਾਂ ਨੂੰ ਮੈਂ ਥੋੜ੍ਹਾ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ, ਕਈ ਗੱਲਾਂ ਤੁਹਾਨੂੰ ਨਹੀਂ ਦੱਸੀਆਂ ਜਾ ਸਕਦੀਆਂ।